ਰੜੇ 3 17 ਐਕਸ਼ਨ ਐਸਾ ਕਮੀਨਾ ਬੰਦਾ ਹੈ ਪਤਾ ਨਹੀਂ ਕਹਾਂ ਸੇ ਬਦਬਖ ਨਿਕਲ ਕੇ ਆ ਗਿਆ ਚੀਖ ਤੇਰੀ ਚੀਖੇ ਮੈਂ Enjoy ਕਰੂੰਗਾ ਬੈਠਾ ਖੁੜ ਦੇ ਵਿੱਚ ਔਰ ਸਾਡੇ ਕਈ ਐਸੇ ਪਾਗਲ ਕਿਸਮ ਦੇ ਲੋਕ ਨੇ ਉਹਨੂੰ ਸੁਣਨਾ ਚਲੋ ਤਾਂ ਫਾਰੀਕ ਬੰਦੇ ਦਾ ਇੱਕ ਹੀ ਕੰਮ ਹੈ ਕਿ ਮਰਨੇ ਸੇ ਪਹਿਲੇ ਇੰਜੀਨੀਅਰ ਕੇ ਖਿਲਾਫ ਇੱਕ ਕਲਿੱਪ ਬਣਾ ਲੈ ਤੁਹਾਨੂੰ ਸ਼ਰਮ ਤਾਂ ਯਾ ਨਹੀਂ ਆਉਂਦੀ ਨਹੀਂ ਨਾ ਤੂੰ ਪਿਓ ਨੂੰ ਵੇਖਿਆ ਨਾ ਨਾ ਤੂੰ ਆਪਣੀ ਮਾਂ ਨੂੰ ਵੇਖਿਆ ਤੇ ਨਾ ਤੂੰ ਆਪਣੇ ਔਲਾਦਾਂ ਨੂੰ ਵੇਖਿਆ ਇੱਕ ਬਜ਼ੁਰਗ ਦਾ ਬਿਆਨ ਹੈ ਕਿ ਉਹਨਕੇ ਇੱਕ ਜਾਣਨ ਵਾਲੋਂ ਮੇ ਇੱਕ ਬਜ਼ੁਰਗ ਹੈ ਉਹਨੋ ਨੇ ਇਹ ਦੇਖਿਆ ਚੀਟਿੰਗ ਕਰਤਾ ਤੂੰ ਚੀਟਿੰਗ 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 ਕਰਤਾ ਤੂੰ ਅਗਰ ਕੋਈ ਦਾ ਮੰਨਣ ਵਾਲਾ ਚਵੜ ਬੈਠਾ ਮੈਂ ਦਸੋ ਛੋੜਿਆ ਹੋਰ ਰੈਂਚ ਟੈਟ ਕਰਾਂ ਤੁਹਾਡੇ ਹਾਸੇ ਜੈਸਾ ਰੈਂਚ ਹੈ ਸਾਰੀ ਦੀ ਲੀਕ ਬੰਦ ਕਰ ਦਿਤੀ ਹੈ ਭਗ ਨਹੀਂ ਕਿਹਾਂ ਸੇ ਇਹ ਬਦਮਾਸ਼ ਆ ਜਾਤੇ ਔਰ ਕੁਰਾਨ ਕੀ ਮਨਮਾਨੀਆਂ ਤਫਸੀਰਾਂ ਕਰਤੇ ਹੈ ਬੜਾ ਬੁਰਾ ਵਕਤ ਆਇਆ ਜਿਬਰੀਲਵਿਆ ਹੁੰਤੇ ਯਕੀਨ ਕਰੋ ਇਹਨਾਂ ਨੇ ਕਦੇ ਸੋਚਿਆ ਵੀ ਨਹੀਂ ਸੀ बड़ा ही बुरा वक्त है बली तो <laughs> yeah! जब तक जिंदा रहता है वो तब भी मदद करता है दुनिया में रह के वो मदद थोड़ी करता है कबर में जाके ज्यादा करता है म्यूजिक लो सामो नु। कमीने कमीना ही निकलिया तू कमीन तो। फिर एक और कमीन की कल शुरू हो चुकी है इस तब पहले एक सूटा ला ला एक नौजवान बेवकूफ जाहल क्रिकेट खेलन देन उल्लू दे पट्टे जनता को आप मूर्ख समझना बंद कर दीजिए

सबर करो आगे चल अब उनको आपने फक्का ये देना है कि कुरान से पांच नमाजों के टाइम पहले साबित करो तो उसे हम कुरान पर अमल कर रहे हैं कुरान में तो नमाज के तीन औकात आए हैं उसे को के नमाजों के पांच औकात अलग अलग बजे नमाज शुरू होगा टाइम कितने बजे खत्म होगा ये जरा कुरान से साबित करो तो वो कहेगा कि वो तो बुखारी मुस्लिम में लिखे हैं तो उसे को फिर जब बुखारी मुस्लिम में नमाजों के औकात लिखे हुए तो बुखारी मुस्लिम में ये लिखा हुआ है कि नमाजों को जमा किया जा सकता है आया ना दाढ़ तले ਓ ਜੀ ਨਬੀ ਪਾਕ ਨੇ ਹਾਜਤ ਦੇ ਮੌਕੇ ਤੇ ਕੀ ਦੀਆਂ ਸਣ ਤ ਮੈਂ ਕਿਹਾ ਤੂੰ ਨਬੀ ਹੈ ਨਾਉਜ਼ ਬਿੱਲਾ ਅੰਦਾਜ਼ਾ ਕਰੋ ਇਹ ਲੋਕਾਂ ਦਾ ਲੈਵਲ ਹੈ ਜਿਤਨੇ ਚੂੜੇ ਚਮਾਰ ਉੱਠ ਕੇ ਬਹਿ ਗਏ ਔਰ ਦੀਨ ਕੀ ਬਾਤੇ ਕਰਨਾ ਸ਼ੁਰੂ ਕਰ ਦੇ ਲੱਖ ਲਾਹਦਾ ਤੇਰੇ ਮੂੰਹ ਤੇ ਨਮਾਜ਼ਾਂ ਇਕੱਠੀਆਂ ਕਰ ਲੋ ਤੂੰ ਮਾਮਾ ਲੱਗਣਾ ਹੈ ਇੱਕ ਜੈਲ ਉਹ ਤੂੰ ਕੌਨਫੀਡੈਂਸ ਲੈਵਲ ਅਸਮਾਨਾ ਤੇ ਹੈ